ਸਰ, ਕੱਲ੍ਹ ਇੱਕ ਹੁਸ਼ਿਆਰਪੁਰ ਦੇ ਵਿੱਚ ਵਾਲਮੀਕ ਸਮਾਜ ਵੱਲੋਂ ਹੁਸ਼ਿਆਰਪੁਰ ਬੰਦ ਦੀ ਕੌਲ ਦਿੱਤੀ ਗਈ ਹੈ ਅਤੇ ਤੁਹਾਡੀ ਲਗਾਤਾਰ ਮੀਟਿੰਗਸ ਵੀ ਹੋ ਰਹੀ ਹੈ ਪ੍ਰਸ਼ਾਸਨ ਦੀ ਵੱਖ ਵੱਖ ਸੰਸਥਾਵਾਂ ਦੇ ਨਾਲ, ਅਤੇ ਹੁਣ ਕੀ ਸਿੱਟਾ ਨਿਕਲਿਆ ਜੀ ਇਹਦਾ? ਅੱਜ ਸ਼ਾਮੀ ਕਰੀਬ 4 ਘੰਟੇ ਮੇਰੇ ਵੱਲੋਂ ADC ਸਾਹਿਬ ਔਰ DSP ਸਿਟੀ ਸਾਡੀ ਉਹਨਾਂ ਨਾਲ ਡਿਟੇਲ ਮੀਟਿੰਗ ਹੋਈ ਆ, ਕਿਉਂਕਿ ਪਹਿਲਾਂ ਜਿਹੜਾ ਮੈਟਰ ਸੀਗਾ ਪੁਲਿਸ ਨਾਲ ਰਿਲੇਟਡ ਉਹਦਾ FIR ਦਰਜ ਹੋ ਗਈਆਂ, ਉਹਦੇ 'ਚ ਇੱਕ ਦੋਸ਼ੀ ਨੂੰ ਅਸੀਂ ਅਰੈਸਟ ਵੀ ਕਰ ਲਿਆ ਆ, ਔਰ ਦੂਜਾ ਜਿਹੜਾ ਮੈਟਰ ਸੀਗਾ ਉਹ ਸਿਵਲ ਪ੍ਰਸ਼ਾਸਨ ਨਾਲ ਰਿਲੇਟਡ ਸੀਗਾ, ਜਿਹਦੀ ਨਿਸ਼ਾਨਦੇਹੀ ਹੋਣੀ ਸੀ, ਹੋਰ ਵੱਖ ਵੱਖ ਚੀਜ਼ਾਂ ਹੋਣੀਆਂ ਸੀਗੀਆਂ, ਉਸ ਸੰਬੰਧ ਵਿੱਚ ਇਲੈਕਸ਼ਨ 'ਚ ਬਿਜ਼ੀ ਰਹਿਣ ਕਰਕੇ ਅੱਜ ADC ਸਾਹਿਬ ਨੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਪਹਿਲ ਦੇ ਆਧਾਰ 'ਤੇ ਜਿਹੜਾ ਵੀ ਜਿੰਨਾ ਵੀ ਉਹਨਾਂ ਨੇ ਡਿਮਾਂਡਸ ਰੱਖੀਆਂ ਸੀਗੀਆਂ ਉਹਦਾ ਹੱਲ ਕੀਤਾ ਜਾਊਗਾ, ਔਰ ਡੇ ਬੇਸ 'ਤੇ ਇਹਦੀ ਪ੍ਰੋਗਰੈਸ ਕੀਤੀ ਜਾਏਗੀ, ਔਰ ਉਹਦੇ ਸੰਬੰਧ ਵਿੱਚ ਕਿਉਂਕਿ ਹਾਲੇ ADC ਸਾਹਿਬ ਦੇ ਕੋਲ ਜਿਹੜਾ ਕੋਈ ਐਪਲੀਕੇਸ਼ਨ ਸੀ ਪ੍ਰੋਪਰ ਡਾਕੂਮੈਂਟਸ ਰਹਿਤ ਸੀਗੀਆਂ, ਉਹ ਵੀ ਉਹ ਡਾਕੂਮੈਂਟਸ ਨਾਲ ਹੈ ਨਹੀਂ ਸੀਗੀਆਂ, ਹੁਣ ਸਵੇਰੇ ਸਾਡੀ 11 ਵਜੇ ਕੱਲ੍ਹ ਜਿਹੜੀ ਹੈਗੀ ਆ ਫਿਰ ਦੁਬਾਰਾ ਉਹਨਾਂ ਨਾਲ ਸਿਟੀ ਦੇ ਵਿੱਚ ਹੀ ADC ਸਾਹਿਬ ਅਤੇ ਮੇਰੇ ਵੱਲੋਂ ਫਿਰ ਮੀਟਿੰਗ ਹੈਗੀ ਆ, ਔਰ ਮੈਂ ਸਾਰੇ ਵਪਾਰੀ ਭਰਾਵਾਂ ਨੂੰ ਬੇਨਤੀ ਕਰਾਂਗਾ ਵੇਖ ਆਫ ਹੋ ਕੇ ਆਪਣਾ ਕੰਮ ਕਰ ਲਓ। 11 ਵਜੇ ਸਾਡੀ ਦੁਬਾਰਾ ਮੀਟਿੰਗ ਹੈਗੀ ਆ, ਔਰ ਸਾਨੂੰ ਉਮੀਦ ਆ ਵੀ ਪੂਰਨ ਸਹਿਯੋਗ ਰਹੇਗਾ ਸਾਨੂੰ ਵਾਲਮੀਕ ਸਮਾਜ ਵੱਲੋਂ। ਪਹਿਲਾਂ ਵੀ ਬਹੁਤ ਵਧੀਆ ਜਿੰਨੇ ਵੀ ਸਾਡੇ ਭਰਾ ਆਏ ਸੀਗੇ ਉੱਥੇ ਸਮਾਜ ਦੇ, ਉਹਨਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ, ਔਰ ਉਹਨਾਂ ਨਾਲ ਵੀ ਇਹੀ ਸੀ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ, ਪਰੰਤੂ ਸਾਡੀ ਕੋਈ ਸੁਣ ਨਹੀਂ ਰਿਹਾ ਸੀ ਇਸ ਕਰਕੇ ਅਸੀਂ ਕਾਲ ਦਿੱਤੀ ਸੀ। ਉਹ ਆਪਣੀ ਜਗ੍ਹਾ ਰਾਈਟ ਸੀਗੇ ਕਿਉਂਕਿ ਸਿਵਲ ਪ੍ਰਸ਼ਾਸਨ ਇਲੈਕਸ਼ਨਾਂ 'ਚ ਬਿਜ਼ੀ ਰਹਿਣ ਕਰਕੇ ਜਿਹੜੀ ਉਹਨਾਂ ਦੀਆਂ ਚੀਜ਼ਾਂ ਸੀਗੀਆਂ ਉਹ ਪੂਰੀਆਂ ਨਹੀਂ ਹੋ ਸਕੀਆਂ ਸੀਗੀਆਂ, ਪਰੰਤੂ ਹੁਣ ਫ੍ਰੀ ਹੋ ਗਏ ਹੈਗੇ ਹਾਂ ਸਾਰੇ, ਅਤੇ ਹੁਣ ਇਹਨੂੰ ਪਹਿਲ ਦੇ ਆਧਾਰ 'ਤੇ ਉਸ ਮਸਲੇ ਨੂੰ ਦੇਖ ਲਿਆ ਜਾਊਗਾ। ਸਿਵਲ ਪ੍ਰਸ਼ਾਸਨ ਨੇ ADC ਸਾਹਿਬ ਨੇ ਉਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ, ਔਰ ਸਵੇਰੇ 11 ਵਜੇ ਸਾਡੀ ਮੀਟਿੰਗ ਹੈ ਔਰ ਸਫਲਤਾਪੂਰਵਕ ਹੋਏਗੀ, ਸਾਨੂੰ ਪੂਰਾ ਉਮੀਦ ਹੈਗੀ ਹੈ।